ਸੈਨਿਕ ਪਵੇਗੀ ਤੇ ਸਰੀਰ ਦੀ ਮਰਿਆਦਾ ਬੜੀ ਦੇਰ ਤੋਂ ਤੁਰੀ ਆ ਰਹੀ ਸੀ। ਪਰ ਉਸ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਤੇ ਨਹੀਂ ਹੋਇਆ, ਸਾਡੇ ਸਾਰੇ ਸਿੱਖ ਪ੍ਰਚਾਰਕਾਂ ਦੇ ਉੱਤੇ ਵਾਰ। ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋਣ ਦੀ ਲੋੜ ਹੈ, ਇੱਕਜੁੱਟ ਹੋਣ ਦੀ ਲੋੜ ਹੈ, ਇੱਕ ਪਿਤਾ ਇੱਕ ਸਨੇਹਾ ਵਾਰ, ਤਾਂ ਕਿ ਅਸੀਂ ਜੋ ਵੀ ਕਿਸੇ ਵੀ ਪ੍ਰਚਾਰਕਾਂ ਵਿੱਚ ਹੁੰਦੇ। ਪਰ ਗੁਰੂ ਪਿਆਰਿਓ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅੰਦਰੋਂ ਇੱਕਮਿੱਟ ਹੋਣ ਦਾ ਪ੍ਰਣ ਕਰੀਏ, ਤਾਂ ਕਿ ਆਪਣੇ ਸਿੱਖੀ ਦੇ ਪ੍ਰਚਾਰ ਤੇ ਅਸੀਂ ਪਹਿਰਾ ਦੇ ਸਕੀਏ। ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ, ਉਹਨਾਂ ਦੀ ਯਾਦ ਵਿੱਚ ਜੁੜ ਕੇ ਸਾਨੂੰ ਵੱਧ ਵੱਧ ਤੋਂ ਵੱਧ ਕਰੀਏ। ਸੱਚੀ ਦੀ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਆਪ ਨਸ਼ੇ ਛੱਡੀਏ, ਅਮਰ ਸਕੀਏ, ਸਿੰਘ ਸਕੀਏ, ਪੰਜਾਂ ਬਾਣੀਆਂ ਦੇ ਨੇਤਰੇ ਵਿੱਚ ਪੰਜਾਂ ਕਤਾਰਾਂ ਦੇ ਧਾਰਨੇ ਬਣ ਕੇ ਗੁਰੇ ਜਾਣਾ ਸੰਸਾਰ ਤੋਂ ਸਾਰਿਆਂ ਨੇ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਪਰ ਜਿਵੇਂ ਗਏ ਨੇ ਪਿਆਰ ਰੱਖੇ ਧੰਨ ਰੱਖਣ ਵਾਲੇ ਹਾਂਜੀ। ਸਭ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਵਿਚਾਰ ਕੀਤੀ ਹੈ ਵੀ ਇਸ ਮਸਲੇ ਦੀ CBI ਦੀ ਜਾਂਚ ਹੋਣੀ ਚਾਹੀਦੀ। ਸੋ ਉਹਦੇ ਵਾਸਤੇ ਸਾਰੀਆਂ ਸੰਗਤਾਂ 30 ਤਰੀਕ ਨੂੰ ਬੜੀ ਸ਼ਾਂਤੀ ਦੇ ਨਾਲ, 30 ਤਰੀਕ ਨੂੰ ਨਾ ਕੋਈ ਧਰਨਾ ਮਾਰਨਾ ਹੈ, ਨਾ ਕੋਈ ਨਾਰਾ ਲਾਉਣਾ ਹੈ, ਬੜੀ ਸ਼ਾਂਤੀ ਦੇ ਨਾਲ DC ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦਿੱਤੇ ਜਾਣ ਕਿ ਇਹ ਸਾਰੇ ਘਟਨਾਕ੍ਰਮ ਦੀ CBI ਜਾਂਚ ਕਰੇ। ਨਹੀਂ, ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾਂ ਨੂੰ ਸੌਦਾ ਸਾਹਿਬ ਦੀ ਮਾਫ਼ੀ ਵੇਲੇ ਸਾਰੀ ਕੌਮ ਰੱਦ ਕਰ ਚੁੱਕੀ ਹੈ। ਉਹਨਾਂ ਨੂੰ ਜਥੇਦਾਰਾਂ ਨੂੰ ਹੀ ਰੱਦ ਕਰ ਦਿੱਤਾ ਗਿਆ। ਹਾਂਜੀ, ਬਾਕੀ ਸਾਡੇ ਵੱਲੋਂ ਕੋਈ ਵਧੀਕੀ ਕਿਸੇ ਨਾਲ ਨਹੀਂ ਕੀਤੀ ਗਈ, ਖੂਨੀ ਟਕਰਾਅ ਸਾਡੇ ਵੱਲੋਂ ਕੁਛ ਨਹੀਂ ਹੋਇਆ। ਸਾਡਾ ਭਰਾ ਮਾਰਨ ਤੋਂ ਬਾਅਦ ਵੀ ਅਸੀਂ ਸ਼ਾਂਤੀ ਦੀਆਂ ਅਪੀਲਾਂ ਕਰ ਰਹੇ ਹਾਂ। ਸਾਡੇ ਵੱਲੋਂ ਸ਼ਾਂਤੀ ਦੀ ਹੀ ਸਾਰੀ ਸੰਗਤ ਨੂੰ ਅਪੀਲ ਹੈ। ਸਾਡੇ ਵੱਲੋਂ ਕੋਈ ਇਹ ਬਰਾਬਰ ਦਾ ਹਮਲਾ ਨਹੀਂ ਕੀਤਾ ਜਾ ਰਿਹਾ, ਨਾ ਅਸੀਂ ਹਮਲਾ ਕਰਨ ਵਾਲੇ ਹਾਂ ਅਤੇ ਨਾ ਅਸੀਂ ਇੱਦਾਂ ਚਾਹੁੰਦੇ ਹਾਂ। ਜਦੋਂ ਜਥੇਦਾਰਾਂ ਨੂੰ ਹੀ ਨਹੀਂ ਮੰਨਦੇ, ਉਹਨਾਂ ਦਾ ਹੁਕਮ ਕੀ ਮੰਨਾਂਗੇ।
ਅਸੀਂ ਉਹਨਾਂ ਅਕਾਲ ਤਖਤ ਨੂੰ ਮੰਨਦੇ ਹਾਂ ਜੀ, ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਹਾਂ, ਅਕਾਲ ਤਖਤ ਨੂੰ ਮੰਨਦੇ ਹਾਂ, ਪਰ ਉੱਥੋਂ ਦੇ ਬੈਠੇ ਜਥੇਦਾਰਾਂ ਨੂੰ ਅਸੀਂ ਨਹੀਂ ਮੰਨਦੇ। ਪੰਜਾਬ ਸਰਕਾਰ ਦੀ ਜਿਹੜੀ ਜਾਂਚ ਤੇ ਤੁਹਾਨੂੰ ਭਰੋਸਾ ਨਹੀਂ ਸੀ ਇਹਦੀ ਜਾਂਚ? ਹਾਂ ਬਿਲਕੁਲ ਜੀ ਭਰੋਸਾ, ਕਿਉਂਕਿ ਹੁਣ ਤੱਕ ਜੋ ਮਾਸਟਰ ਮਾਈਂਡ ਆ ਉਹ ਸਾਹਮਣੇ ਨਹੀਂ ਆਏ। ਇੱਥੋਂ ਪਤਾ ਲੱਗਦਾ ਜੀ ਕਿ ਮੇਰੇ ਜਿਹੜੇ ਕੱਪੜੇ ਉੱਥੇ ਹੀ ਜੋ ਮੈਂ ਭੱਜ ਰਿਹਾ ਸੀ ਤੇ ਡਿੱਗ ਪਏ ਸੀ, ਤੇ ਉਹ ਹੁਣ ਬਾਅਦ ਵਿੱਚ ਪੱਤਰਕਾਰ ਵੀਰ ਚੁੱਕ ਕੇ ਲਿਆਏ ਆ, ਤੇ ਜੇ ਉਹ ਜਾਂਚ ਕੀਤੀ ਹੁੰਦੀ, ਖੋਜ ਕੀਤ ਕਰਦੇ, ਲੱਭਦੇ, ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਸੀ, ਉਹਨਾਂ ਨੇ ਵੇਖਣਾ। ਨਹੀਂ ਬਸਤਰ ਨੇ ਇਹ ਤੇ ਉਹਨਾਂ ਤੋਂ ਸਵਾਲ ਕੀਤਾ। ਹਾਂ ਬਹੁਤ ਧੰਨਵਾਦ ਹੈ ਸਾਰੀ ਸੰਗਤ ਨੇ। ਸਾਡੇ ਵੱਲੋਂ 5-5 ਲੱਖ ਦੀਆਂ 2 FDs ਪਰਮੇਸ਼ਰ ਦੁਆਰ ਵੱਲੋਂ ਦੋਨਾਂ ਬੱਚਿਆਂ ਦੇ ਨਾਂ ਤੇ ਹਰ ਮਹੀਨੇ 20,000 ਰੁਪਇਆ, ਤੇ ਪੂਰੀ ਲਾਈਫ ਵਿੱਚ ਬੱਚੇ ਜੋ ਪੜ੍ਹਾਈ ਕਰਨਗੇ ਉਹ ਬਹੁਤ ਸੋਹਣੀਆਂ ਜਥੇਬੰਦੀਆਂ ਨੇ ਉਹਨਾਂ ਦਾ ਖਰਚਾ ਚੁੱਕਣ ਦੀ, ਉਹਨਾਂ ਦੀ ਪੂਰੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਹੈ, ਤੇ ਜੇ ਕੋਈ ਪਿੱਛੇ ਹਟੇਗਾ ਤਾਂ ਅਸੀਂ ਆਪ ਬੱਚਿਆਂ ਨੂੰ ਪੜ੍ਹਾਵਾਂਗੇ, ਉਹਨਾਂ ਦੀਆਂ ਭੈਣਾਂ ਦੇ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਾਉਣ ਦੀ ਵੀ ਜ਼ਿੰਮੇਵਾਰੀ। 30 ਤਾਰੀਕ ਨੂੰ ਮੈਮੋਰੈਂਡਮ ਦਿੱਤੇ ਜਾਣ ਸਾਰੇ DC ਦਫ਼ਤਰਾਂ ਵਿੱਚ, ਤੇ ਸਾਡੇ ਵੱਲੋਂ ਸ਼ਹੀਦ ਭਾਈ ਭੁਪਿੰਦਰ ਸਿੰਘ ਦੀ ਯਾਦ ਵਿੱਚ ਹਰ ਮਹੀਨੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਜਾ ਕੇ ਗੁਰਮਤਿ ਸਮਾਗਮ ਕੀਤੇ ਜਾਣਗੇ, ਤੇ ਸਾਰੇ ਪੰਜਾਬ ਦੀ ਸੰਗਤ ਨੂੰ ਸਾਰੀ ਗੱਲ ਤੋਂ ਜਾਣੂ ਕਰਵਾਇਆ ਜਾਵੇ। 5 ਪਿਆਰਿਆਂ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ, ਮੈਂ ਇਸ ਗੱਲ ਦਾ 5 ਪਿਆਰਿਆਂ ਦਾ ਬਹੁਤ ਧੰਨਵਾਦੀ ਹਾਂ। ਉਹ ਮੈਂ ਬਣਵਾਊਂਗਾ, ਉਹ ਦੱਸਿਆ ਜਾਏਗਾ।